ਹਰੇਕ ਘਰ ਦੇ ਵਿੱਚ ਇੱਕ ਬੇਟਾ ਹੈ ਤੇ ਹਰੇਕ ਘਰ ਦੇ ਵਿੱਚ ਇੱਕ ਪੁੱਤਰ ਹੈ ਇਸ ਤੁਹਾਡੇ ਪੁੱਤਰਿਆਂ ਨੂੰ ਬਚਾਉਣ ਦਾ ਫੈਸਲਾ ਹੈ ਤੁਹਾਡੇ ਪੁੱਤਰਾਂ ਦੇ ਵਿੱਚ ਮੇਰਾ ਵੀ ਸੋਚਿਆ ਬਸ ਮੇਰੀ ਇੱਕ ਹੀ ਬੇਨਤੀ ਹੈ ਆਪਣੇ ਸਾਰਿਆਂ ਨੂੰ ਉਹਨਾਂ ਨੂੰ ਆਪਾਂ ਬਚਾਉਣਾ ਹੈ ਉਹਨੂੰ ਬਚਾਉਣ ਦੇ ਲਈ ਇਹ ਫੈਸਲਾ ਲਿਆ ਤੇ ਜਿਸ ਦਿਨ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੈ ਨੋਟ ਕਰ ਲਿਓ ਮੇਰੀ ਬੇਨਤੀ ਨੂੰ ਕਿਉਂਕਿ ਚੈਨਲਾਂ ਦੇ ਉੱਤੇ ਚੱਲ ਜਾਣਾ ਉਸ ਵੇਲੇ ਤੇ ਫਲਾਨੀ ਤਰੀਕ ਨੂੰ ਸੈਸ਼ਨ ਸ਼ੁਰੂ ਹੋਣ ਲੱਗਾ ਹੈ ਜਿਸ ਦਿਨ ਸੈਸ਼ਨ ਦਾ ਐਲਾਨ ਹੋ ਜਾਏ ਜਿੱਥੇ ਸੈਸ਼ਨ ਸ਼ੁਰੂ ਹੋਣਾ ਹੈ ਉਸ ਦਿਨ ਮਰਦ ਵਰਗ ਸ਼ੁਰੂ ਕਰਾਂਗੇ ਦੇਸ਼ ਤੋਂ ਖਨੌਰੀ ਬਾਰਡਰ ਤੇ ਮਰਦ ਵਰਗ ਸ਼ੁਰੂ ਕਰਾਂਗੇ ਮਰਾਂਗੇ ਮੇਰੀ ਮੰਸ਼ਾ ਹੈ ਕਿ ਲੋਕ ਨਹੀਂ ਮਰਵਾਉਣੇ ਖੁਦ ਮਰਾਂਗੇ ਯਾਰ ਸਰਕਾਰ ਨੂੰ ਮਤ ਦੇਵਾਂਗੇ ਦੱਸਾਂਗਾ ਸਰਕਾਰ ਨੂੰ ਕਿ ਲੜਾਈ ਕਿਵੇਂ ਲੜੀ ਦੀ ਹੈ ਹਰੇਕ ਘਰ ਦੇ ਵਿੱਚ ਇੱਕ ਬੇਟਾ ਹੈ ਤੇ ਹਰੇਕ ਘਰ ਦੇ ਵਿੱਚ ਇੱਕ ਪੁੱਤਰ ਹੈ ਇਹ ਤੁਹਾਡੇ ਪੋਤਰਿਆਂ ਨੂੰ ਬਚਾਉਣ ਦਾ ਫੈਸਲਾ ਹੈ ਤੁਹਾਡੇ ਪੋਤਰਿਆਂ ਦੇ ਵਿੱਚ ਮੇਰਾ ਵੀ ਸੋਚਿਆ ਬਸ ਮੇਰੀ ਇੱਕ ਹੀ ਬੇਨਤੀ ਹੈ ਆਪਣੇ ਸਾਰਿਆਂ ਨੇ ਉਹਨਾਂ ਨੂੰ ਆਪਾਂ ਬਚਾਉਣਾ ਹੈ ਉਹਨੂੰ ਬਚਾਉਣ ਦੇ ਲਈ ਇਹ ਫੈਸਲਾ ਲਿਆ ਤੇ ਜਿਸ ਦਿਨ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੈ ਨੋਟ ਕਰ ਲਿਓ ਮੇਰੀ ਬੇਨਤੀ ਨੂੰ ਕਿਉਂਕਿ ਚੈਨਲਾਂ ਦੇ ਉੱਤੇ ਚੱਲ ਜਾਣਾ ਉਸ ਵੇਲੇ ਤੇ ਫਲਾਨੀ ਤਰੀਕ ਨੂੰ ਸੈਸ਼ਨ ਸ਼ੁਰੂ ਹੋਣ ਲੱਗਾ ਹੈ ਜਿਸ ਦਿਨ ਸੈਸ਼ਨ ਦਾ ਐਲਾਨ ਹੋ ਜਾਏ ਜਿੱਥੇ ਸੈਸ਼ਨ ਸ਼ੁਰੂ ਹੋਣਾ ਹੈ ਉਸ ਦਿਨ ਮਰਦ ਵਰਗ ਸ਼ੁਰੂ ਕਰਾਂਗੇ ਦੇਸ਼ ਤੋਂ ਖਨੌਰੀ ਬਾਰਡਰ ਤੇ ਮਰਦ ਵਰਗ ਸ਼ੁਰੂ ਕਰਾਂਗੇ ਮਰਾਂਗੇ ਮੇਰੀ ਮੰਸ਼ਾ ਹੈ ਕਿ ਲੋਕ ਨਹੀਂ ਮਰਵਾਉਣੇ ਖੁਦ ਮਰਾਂਗੇ ਯਾਰ ਸਰਕਾਰ ਨੂੰ ਮਤ ਦੇਵਾਂਗੇ ਦੱਸਾਂਗਾ ਸਰਕਾਰ ਨੂੰ ਕਿ ਲੜਾਈ ਕਿਵੇਂ ਲੜੀ ਦੀ ਹੈ ਹਰੇਕ ਘਰ ਦੇ ਵਿੱਚ ਇੱਕ ਬੇਟਾ ਹੈ ਤੇ ਹਰੇਕ ਘਰ ਦੇ ਵਿੱਚ ਇੱਕ ਪੁੱਤਰ ਹੈ ਇਹ ਤੁਹਾਡੇ ਪੋਤਰਿਆਂ ਨੂੰ ਬਚਾਉਣ ਦਾ ਫੈਸਲਾ ਹੈ ਤੁਹਾਡੇ ਪੋਤਰਿਆਂ ਦੇ ਵਿੱਚ ਮੇਰਾ ਵੀ ਸੋਚਿਆ ਬਸ ਮੇਰੀ ਇੱਕ ਹੀ ਬੇਨਤੀ ਹੈ ਆਪਣੇ ਸਾਰਿਆਂ ਨੇ ਉਹਨਾਂ ਨੂੰ ਆਪਾਂ ਬਚਾਉਣਾ ਹੈ ਉਹਨੂੰ ਬਚਾਉਣ ਦੇ ਲਈ ਇਹ ਫੈਸਲਾ ਲਿਆ ਤੇ ਜਿਸ ਦਿਨ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੈ ਨੋਟ ਕਰ ਲਿਓ ਮੇਰੀ ਬੇਨਤੀ ਨੂੰ ਕਿਉਂਕਿ ਚੈਨਲਾਂ ਦੇ ਉੱਤੇ ਚੱਲ ਜਾਣਾ ਉਸ ਵੇਲੇ ਤੇ ਫਲਾਨੀ ਤਰੀਕ ਨੂੰ ਸੈਸ਼ਨ ਸ਼ੁਰੂ ਹੋਣ ਲੱਗਾ ਹੈ ਜਿਸ ਦਿਨ ਸੈਸ਼ਨ ਦਾ ਐਲਾਨ ਹੋ ਜਾਏ ਜਿੱਥੇ ਸੈਸ਼ਨ ਸ਼ੁਰੂ ਹੋਣਾ ਹੈ ਉਸ ਦਿਨ ਮਰਦ ਵਰਗ ਸ਼ੁਰੂ ਕਰਾਂਗੇ ਦੇਸ਼ ਤੋਂ ਖਨੌਰੀ ਬਾਰਡਰ ਤੇ ਮਰਦ ਵਰਗ ਸ਼ੁਰੂ ਕਰਾਂਗੇ ਮਰਾਂਗੇ ਮੇਰੀ ਮੰਸ਼ਾ ਹੈ ਕਿ ਲੋਕ ਨਹੀਂ ਮਰਵਾਉਣੇ ਖੁਦ ਮਰਾਂਗੇ ਯਾਰ ਸਰਕਾਰ ਨੂੰ ਮਤ ਦੇਵਾਂਗੇ ਦੱਸਾਂਗਾ ਸਰਕਾਰ ਨੂੰ ਕਿ ਲੜਾਈ ਕਿਵੇਂ ਲੜੀ ਦੀ ਹੈ ਹਰੇਕ ਘਰ ਦੇ ਵਿੱਚ ਇੱਕ ਬੇਟਾ ਹੈ ਤੇ ਹਰੇਕ ਘਰ ਦੇ ਵਿੱਚ ਇੱਕ ਪੁੱਤਰ ਹੈ ਇਹ ਤੁਹਾਡੇ ਪੋਤਰਿਆਂ ਨੂੰ ਬਚਾਉਣ ਦਾ ਫੈਸਲਾ ਹੈ ਤੁਹਾਡੇ ਪੋਤਰਿਆਂ ਦੇ ਵਿੱਚ ਮੇਰਾ ਵੀ ਸੋਚਿਆ ਬਸ ਮੇਰੀ ਇੱਕ ਹੀ ਬੇਨਤੀ ਹੈ ਆਪਣੇ ਸਾਰਿਆਂ ਨੇ ਉਹਨਾਂ ਨੂੰ ਆਪਾਂ ਬਚਾਉਣਾ ਹੈ ਉਹਨੂੰ ਬਚਾਉਣ ਦੇ ਲਈ ਇਹ ਫੈਸਲਾ ਲਿਆ ਤੇ ਜਿਸ ਦਿਨ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੈ ਨੋਟ ਕਰ ਲਿਓ ਮੇਰੀ ਬੇਨਤੀ ਨੂੰ ਕਿਉਂਕਿ ਚੈਨਲਾਂ ਦੇ ਉੱਤੇ ਚੱਲ ਜਾਣਾ ਉਸ ਵੇਲੇ ਤੇ ਫਲਾਨੀ ਤਰੀਕ ਨੂੰ ਸੈਸ਼ਨ ਸ਼ੁਰੂ ਹੋਣ ਲੱਗਾ ਹੈ ਜਿਸ ਦਿਨ ਸੈਸ਼ਨ ਦਾ ਐਲਾਨ ਹੋ ਜਾਏ ਜਿੱਥੇ ਸੈਸ਼ਨ ਸ਼ੁਰੂ ਹੋਣਾ ਹੈ ਉਸ ਦਿਨ ਮਰਦ ਵਰਗ ਸ਼ੁਰੂ ਕਰਾਂਗੇ ਦੇਸ਼ ਤੋਂ ਖਨੌਰੀ ਬਾਰਡਰ ਤੇ ਮਰਦ ਵਰਗ ਸ਼ੁਰੂ ਕਰਾਂਗੇ ਮਰਾਂਗੇ ਮੇਰੀ ਮੰਸ਼ਾ ਹੈ ਕਿ ਲੋਕ ਨਹੀਂ ਮਰਵਾਉਣੇ ਖੁਦ ਮਰਾਂਗੇ ਯਾਰ ਸਰਕਾਰ ਨੂੰ ਮਤ ਦੇਵਾਂਗੇ ਦੱਸਾਂਗਾ ਸਰਕਾਰ ਨੂੰ ਕਿ ਲੜਾਈ ਕਿਵੇਂ ਲੜੀ ਦੀ ਹੈ